ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਇੱਕ ਐਸੀ ਘਟਨਾ ਕਿ ਪੁਨਰ ਜਨਮ ਦੀ ਸਫਲਤਾਪੂਰਵ ਖੋਜ ਇਸ ਘਟਨਾ ਦਾ ਜਿਹੜਾ ਜ਼ਿਕਰ ਹੈ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਆਪ ਸਾਰੀਆਂ ਸੰਗਤਾਂ ਨੇ ਪੁਨਰ ਜਨਮ ਦੇ ਕਈ ਕિસ્ਸੇ ਤਾਂ ਸੁਨੇ ਹੈ ਪਰ ਇਹ ਜਿਹੜਾ ਕਿੱਸਾ ਹੈਗਾ ਇਹ ਬੜਾ ਅਦਭੁਤ ਹੈ ਅਦਭੁਤ ਇਸ ਕਰਕੇ ਹੈ ਕਿ ਇੱਕ 12 ਸਾਲ ਦਾ ਬੱਚਾ ਜੈਸਨੋ ਕਿਸੇ ਮਹਾਤਮਾ ਨੇ ਇਹ ਦੱਸ ਦਿੱਤਾ ਸੀ ਕਿ ਤੇਰੀ ਜਲਦੀ ਮੌਤ ਹੋ ਜਾਣੀ ਆ ਉਸ ਬੱਚੇ ਨੇ ਉਸ ਮਹਾਤਮਾ ਨੂੰ ਇਹ ਗੱਲ ਆਖੀ ਸੀ ਕਿ ਜਦੋਂ ਮੈਂ ਮਰ ਗਿਆ ਉਸ ਤੋਂ ਬਾਅਦ ਤੁਸੀਂ ਮੈਨੂੰ ਲੱਭ ਕੇ ਹਨਾ ਮੁੜ ਕੇ ਆਪਣੇ ਅਧਿਆਤਮਿਕ ਮਾਰਗ ਦੇ ਉੱਤੇ ਹਨਾ ਮੈਨੂੰ ਚਲਾਉਣਾ ਹੈਗਾ ਸੋ ਇਹ ਜਿਹੜਾ ਬਚਨ ਸੀਗਾ ਉਸ ਬੱਚੇ ਨੇ ਜਦੋਂ ਮਹਾਤਮਾ ਤੋਂ ਲਿਆ ਸੀ ਤੇ ਕਿਵੇਂ ਉਸ ਮਹਾਤਮਾ ਨੇ ਉਸ ਬੱਚੇ ਨੂੰ ਲੱਭ ਕੇ ਉਹਦਾ ਪੁਨਨ ਜਨਮ ਦਾ ਪਤਾ ਕਰਕੇ ਜਿਹੜੀ ਸੀ ਉਹਨੂੰ ਅਧਿਆਤਮਿਕ ਮਾਰਗ ਦੀ ਜੋ ਧਿਕਸ਼ਾ ਸੀਗੀ ਉਹ ਦਿੱਤੀ ਸੀਗੀ ਸੋ ਇਸੇ ਹੀ ਪ੍ਰਸੰਗ ਨੂੰ ਲੈ ਕੇ ਦਾਸ ਅੱਜ ਭਾਰਤ ਵਰਸ਼ ਦਾ ਹੈ ਜਿਹੜੇ ਸਭ ਤੋਂ ਮਹਾਨ ਯੋਗੀ ਹੈ ਉਹਨਾਂ ਦਾ ਨਾਂ ਹੈਗਾ ਪਰਮਹੰਸ ਜੋਗਾਨੰਦ ਜੀ ਇਹ ਜਿਹੜੇ ਪਰਮਹੰਸ ਜੋਗਾਨੰਦ ਜੀ ਸੀਗੇ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਬੜੀ ਮਿਹਨਤ ਕੀਤੀ ਆ ਇਸ ਮਿਹਨਤ ਕਰਨ ਤੋਂ ਬਾਅਦ ਯੋਗ ਦੀ ਬੜੀ ਉੱਚੀ ਅਵਸਥਾ ਇਹਨਾਂ ਨੂੰ ਪ੍ਰਾਪਤ ਹੋਈ ਆ ਸੋ ਇਹਨਾਂ ਨੇ ਹਨਾ ਇੱਕ ਕਲਕੱਤਾ ਦੇ ਨਜ਼ਦੀਕ ਇੱਕ ਰਾਂਚੀ ਸਕੂਲ ਖੋਲ੍ਹਿਆ ਹੈਗਾ ਇਹ ਜਿਹੜਾ ਰਾਂਚੀ ਸਕੂਲ ਹੈਗਾ ਇਹਦੇ ਵਿੱਚ ਜਿੱਥੇ ਬਾਕੀ ਸਿੱਖਿਆ ਦਿੰਦੇ ਆ ਉਥੇ ਇਹ ਅਧਿਆਤਿਕ ਮਾਰਗ ਦੀ ਜੋ ਕਰਿਆ ਦੀ ਸਿੱਖਿਆ ਵੀ ਜਿਹੜੀ ਹੈ ਨਾ ਬੱਚਿਆਂ ਨੂੰ ਦਿੰਦੇ ਆ ਸ਼ੁਰੂ-ਸ਼ੁਰੂ ਦੇ ਵਿੱਚ ਇਹਨਾਂ ਦੇ ਕੋਲ ਕੇਵਲ 7 ਬੱਚੇ ਸਿਗੇ ਪਰ ਅੱਜ ਜਿਹੜੇ ਹੈ ਨਾ ਇਹਨਾਂ ਦੇ ਕੋਲ ਹਜ਼ਾਰਾਂ ਜਿਹੜੇ ਹੈ ਉਹ ਬੱਚੇ ਇਹ ਸਿੱਖਿਆ ਗ੍ਰਹਿਣ ਕਰ ਰਹੇ ਆ ਸੋ ਜਿਹੜੇ ਪਰਮਹੰਸ ਜੋਗੀ ਸੀਗੇ ਇਹਨਾਂ ਨੇ 15 ਸਾਲ ਜਾ ਕੇ ਅਮਰੀਕਾ ਦੇ ਵਿੱਚ ਹਜ਼ਾਰਾਂ ਜਗ੍ਹਾ ਤੇ ਜਾ ਕੇ ਜਿਹੜੀ ਸੀ ਜੋ ਕਰਿਆ ਦੀ ਜੋ ਤਕਨੀਕ ਸੀਗੀ ਉਹ ਪੱਛਮੀ ਦੇਸ਼ਾਂ ਨੂੰ ਸਿਖਾ ਲਈ ਆ ਤੋ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਆਪਣਾ ਨਾਮ ਆ ਪੂਰੇ ਭਾਰਤ ਵਰਸ਼ ਵਿੱਚ ਰੋਸ਼ਨ ਕੀਤਾ ਹੈਗਾ। ਸੋ ਇਹ ਪਰਮਹੰਸ ਜੋਗਨੰਦ ਜੀ ਦੱਸਦੇ ਸੀਗੇ ਕਿ ਜਦੋਂ ਰਾਂਚੀ ਦੇ ਵਿੱਚ ਉਹਨੇ ਇੱਕ ਸਕੂਲ ਖੋਲ੍ਹਿਆ ਸੀਗਾ। ਉਹ ਸਕੂਲ ਦੇ ਵਿੱਚ ਜਿਹੜੇ ਬਹੁਤ سارے ਬੱਚੇ ਪੜ੍ਹ ਰਹੇ ਸੀ ਉਹਨਾਂ ਟਾਈਮਾਂ ਦੇ ਵਿੱਚ ਇਹ ਵਿਦਿਆਪ ਗ੍ਰੈਨ ਕਰ ਰਹੇ ਸੀ। ਕਿnde ਇੱਕ ਵਾਰੀ ਅਸੀਂ ਹਨਾ ਰਾਂਚੀ ਤੋਂ 8 ਕਿਲੋਮੀਟਰ ਦੂਰ ਇਹ ਸਾਰੇ ਬੱਚਿਆਂ ਨੂੰ ਲੈ ਕੇ ਇੱਕ ਪਿਕਨਿਕ ਸਥਾਨ ਤੇ ਗਏ। ਜਦ ਕਹਿੰਦੇ ਅਸੀਂ ਪਿਕਨਿਕ ਸਥਾਨ ਤੇ ਪਹੁੰਚੇ ਆ ਉੱਥੇ ਇੱਕ ਬੜਾ ਸੁੰਦਰ ਤਲਾਬ ਸੀਗਾ। ਪਰ ਜਦੋਂ ਕਿੰਨੇ ਮੈਂ ਤਲਾਬ ਨੂੰ ਨਿਗਾ ਮਾਰੀ ਆ ਉਹ ਤਲਾਬ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਕਈ ਵਿਚਾਨੀ ਜੇ ਜਿਹੜੀ ਹੈ ਨਾ ਉਹ ਅਨੁਭਵ ਹੋਣ ਲੱਗੀ ਕਿੰਨੇ ਮੈਂ ਸਾਰੇ ਜਿਹੜੇ ਸਕੂਲ ਦੇ ਬੱਚੇ ਸੀ ਉਹਨਾਂ ਨੂੰ ਇਕੱਠੇ ਕਰਕੇ ਕਹਿ ਦਿੱਤਾ ਕਿ ਤਲਾਬ ਦੇ ਵਿੱਚ ਕਿਸੇ ਨੇ ਬੜ ਕੇ ਇਸ਼ਨਾਨ ਨਹੀਂ ਕਰਨਾ ਸਾਰੇ ਬੱਚਿਆਂ ਨੇ ਜਿਹੜੀਆਂ ਬਾਲਟੀਆਂ ਹਨਾ ਭਰ-ਭਰ ਕੇ ਬਾਹਰ ਇਸ਼ਨਾਨ ਕਰਨਾ ਹੈਗਾ ਤਲਾਬ ਦੇ ਅੰਦਰ ਕਿਸੇ ਨੇ ਨਹੀਂ ਜਾਣਾ ਕਹਿੰਦੇ ਇਹ ਦੇ ਸੁਣਦੇ ਸਾਰੇ ਬੱਚੇ ਜਿਹੜੇ ਸੀ ਉਹ ਬਾਲਟੀਆਂ ਤਲਾਬ ਦੇ ਵਿੱਚੋਂ ਭਰ ਕੇ ਬਾਹਰ ਨਾਉਣ ਲੱਗ ਪਏ ਪਰ ਕੁਝ 2-4 ਬੱਚੇ ਐਸੇ ਮਨ ਚੱਲੇ ਸੀਗੇ ਜੇ ਨਾ ਨੇ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਤੇ ਤਲਾਬ ਦੇ ਵਿੱਚ ਸਿੱਧੀਆਂ ਛਾਲਾਂ ਮਾਰ ਦਿੱਤੀਆਂ। ਜਦ ਤਲਾਬ 'ਚ ਛਾਲਾਂ ਮਾਰ ਦਿੱਤੀਆਂ ਤੇ ਉਹ ਜਿਹੜੇ ਬੱਚੇ ਸੀਗੇ ਤਲਾਬ ਦੇ ਵਿੱਚ ਜਰੀਲੇ ਸੱਪਾਂ ਦੇ ਨਾਲ ਘਿਰ ਗਏ। ਜਦ ਸੱਪਾਂ ਨਾਲ ਘਿਰਦੇ ਤਾਂ ਉਹਨਾਂ ਬੱਚੇ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜੇ ਚੀਕਾਂ ਮਾਰਨੀਆਂ ਸ਼ੁਰੂ ਕਰਦੀਆਂ ਤਾਂ ਬੜੀ ਮੁਸ਼ਕਲ ਨਾਲ ਫਿਰ ਉਹਨਾਂ ਨੂੰ ਤਲਾਬ 'ਚੋਂ ਬਾਹਰ ਕੱਢਿਆ ਗਿਆ। ਤੇ ਫਿਰ ਪਰਮਹੰਸ ਜੋਗਨੰਦਨ ਜੀ ਨੇ ਕਿਹਾ ਸੀਗਾ ਕਿ ਮੈਂ ਤੁਹਾਨੂੰ ਸਾਰੇ ਬੱਚੇ ਨੂੰ ਪਹਿਲਾਂ ਹਦਾਇਤ ਦਿੱਤੀ ਸੀ ਕਿ ਤੁਸੀਂ ਤਲਾਬ ਵਿੱਚ ਨਹੀਂ ਬੰਦਣਾ। ਪਰ ਫਿਰ ਵੀ ਦੇਖੋ ਤੁਸੀਂ ਇਹਨਾਂ ਦੇਸ਼ਾਂ ਦੀ ਉਲੰਘਣਾ ਕੀਤੀ ਆ ਤੇ ਇਸ ਕਰਕੇ ਆਪਣੇ ਆਪ ਨੂੰ ਖਤਰੇ ਦੇ ਵਿੱਚ ਪਾ ਲਿਆ ਉਸ ਤੋਂ ਬਾਅਦ ਫਿਰ ਜਿਹੜੇ ਬੱਚੇ ਵਿੱਚ ਤਲਾ ਦੇ ਗਏ ਸੀ ਉਹਨਾਂ ਨੇ ਫਿਰ ਜਿਹੜੀ ਸੀ ਜੋਗਨੰਦ ਦੀ ਜੀ ਤੋਂ ਇਸ ਗੱਲ ਦੀ ਮਾਫੀ ਮੰਗ ਲਈ ਸੀ ਉਸ ਤੋਂ ਬਾਅਦ ਯਾਦ ਇਹ ਪਿਕਨਿਕ ਦੇ ਵਿੱਚ ਸਾਰੇ ਬੱਚੇ ਇਸ਼ਨਾਨ ਕਰਕੇ ਹਟੇ ਸੀ ਤੇ ਜੋਗਨੰਦ ਦੀ ਦੱਸ ਦੇ ਸਗੇ ਕਿ ਅਸੀਂ ਹਨਾ ਇੱਕ ਦਰਖਤ ਦੇ ਥੱਲੇ ਸੜੇ ਸੀਗੇ ਉੱਥੇ ਆਰਾਮ ਕਰਨ ਵਾਸਤੇ ਬੈਠ ਗਏ ਯਾਦ ਬੈਠੇ ਆ ਤੇ ਜਿੰਨੇ ਸਕੂਲ ਦੇ ਬੱਚੇ ਸਾਰੇ ਸਾਡੇ ਨਾਲ ਨਾਲੇ ਬੈਠ ਗਏ ਤੇ ਬੜਾ ਰਮਣੀਕ ਤੇ ਮਨਮੋਹਨ ਨਜ਼ਾਰਾ ਸੀਗਾ ਕਹਿੰਦੇ ਸਾਰੇ ਬੱਚਿਆਂ ਨੇ ਜਿਹੜੇ ਸੀਗੇ ਮੈਨੂੰ ਦੇਖਦੇ ਸਾਰੇ ਹਨ ਤੇ ਕਈ ਤਰ੍ਹਾਂ ਦੇ ਜਿਹੜਾ ਨਾ ਸਵਾਲ ਪੁੱਛਨੇ ਸ਼ੁਰੂ ਕਰ ਦਿੱਤੇ ਇਹਨਾਂ ਸਵਾਲਾਂ ਵਿੱਚ ਇੱਕ ਬੱਚੇ ਨੇ ਇਹ ਸਵਾਲ ਕੀਤਾ ਹੈਗਾ ਕਿ ਕੀ ਮੈਨੂੰ ਤੁਸੀਂ ਮੈਨੂੰ ਇਹ ਦੱਸੋ ਕਿ ਕੀ ਮੈਂ ਵੱਡਾ ਹੋ ਕੇ ਸੰਨਿਆਸੀ ਬਣਾਂਗਾ ਤੇ ਆਪ ਦੇ ਨਾਲ ਇਹ ਸੰਨਿਆਸ ਦੀ ਜਿਹੜੀ ਜੋਕ ਰਿਆ ਹੈਗੀ ਹੈ ਇਹਨੂੰ ਪ੍ਰਾਪਤ ਕਰ ਸਕਾਂਗਾ ਤੇ ਕਹਿੰਦੇ ਅਸੀਂ ਉਸ ਬੱਚੇ ਨੂੰ ਕਹਿਤਾ ਜੋਗਨਾਂ ਜੀ ਕਹਿੰਦੇ ਕਿ ਨਹੀਂ ਤੂੰ ਇਹ ਜੋਗਨਾਂ ਦੀ ਤਕਨੀਕ ਹਸਲ ਨਹੀਂ ਕਰ ਸਕੀ ਕਿਉਂਕਿ ਘਰ ਦੇ ਜਿਹੜੇ ਤੈਨੂੰ ਹੈਗੋਆ ਤੇਰੇ ਇਸ ਤਕਨੀਕ ਜਾਂ ਦੇ ਵਿਰੋਧ ਦੇ ਵਿੱਚ ਤੈਨੂੰ ਆਪਣੇ ਘਰ ਲੈ ਜਾ ਕੇ ਤੇਰੀ ਸ਼ਾਦੀ ਕਰ ਦੇਣਗੇ ਇਸ ਤਰ੍ਹਾਂ ਕਰਦੇ ਕਰਦੇ ਕਹਿੰਦੇ ਬੱਚੇ ਜਿਹੜੇ ਸੀ ਆਪ ਕੋ ਆਪਣੇ ਸਵਾਲ ਪੁੱਛਣ ਲੱਗੇ ਉਦੋਂ ਤੇ ਇੱਕ 12 ਸਾਲ ਦਾ ਬੱਚਾ ਸੀਗਾ ਕਹਿੰਦੇ ਇਹ ਜਿਹੜਾ 12 ਸਾਲ ਦਾ ਬੱਚਾ ਸੀਗਾ ਹਨ ਜਦੋਂ ਕਹਿੰਦੇ ਇਹਨੇ ਸਾਨੂੰ ਸਵਾਲ ਪੁੱਛਿਆ ਇਸ ਨੇ ਸਵਾਲ ਦੇ ਵਿੱਚ ਸਾਨੂੰ ਇਹ ਗੱਲ ਆਖੀ ਆ ਮੇਰੇ ਤੋਂ ਸਿਮਨੂ ਇਹ ਦੱਸੋ ਕਿ ਮੇਰਾ ਜਿਹੜਾ ਆਉਣ ਵਾਲਾ ਭਵਿੱਖ ਹੈਗਾ ਮੁਕੱਦਰ ਹੈਗਾ ਉਹ ਕੀ ਹੋਊਗਾ ਕਿੰਨੇ ਜਦੋਂ ਇਸ 12 ਸਾਲ ਦਾ ਬੱਚਾ ਜਿਹਦਾ ਨਾਂ ਕਾਸ਼ੀ ਸੀਗਾ ਕਿੰਨੇ ਜਦੋਂ ਮੈਨੂੰ ਸਵਾਲ ਇਹਨੇ ਇਹ ਪੁੱਛਿਆ ਕਿ ਤੁਸੀਂ ਮੈਨੂੰ ਆਪਣਾ ਜਿਹੜਾ ਹੈਗਾ ਮੇਰੇ ਮੁਕੱਦਰ ਬਾਰੇ ਦੱਸੋ ਕਿ ਮੇਰਾ ਜਿਹੜਾ ਅਗਲਾ ਆਉਣ ਵਾਲਾ ਸਮਾਂ ਹੈ ਫਿਊਚਰ ਹੈ ਉਹ ਕਿਹੋ ਜਿਹਾ ਹੋਏਗਾ ਫਿਰ ਪਰਮਹਾਸ ਕਹਿੰਦੇ ਸਾਡੇ ਹਨਾ ਕੁਦਰਤੀ ਰਸਨਾ ਦੇ ਵਿੱਚੋਂ ਇਹ ਗੱਲ ਨਿਕਲ ਗਈ ਭਾਈ ਤੇਰੀ ਹਨਾ ਛੇਤੀ ਮੌਤ ਹੋ ਜਾਊਗੀ ਕਹਿੰਦੇ ਇਹ ਗੱਲ ਜਿਹੜੀ ਸੀ ਜਦੋਂ ਸਾਡੇ ਮੂੰਹ ਤੋਂ ਨਿਕਲੀ ਉਹ ਜਿਹੜਾ ਕਾਸ਼ੀ ਬੱਚਾ ਸੀਗਾ ਉਹ ਬੜਾ ਘਬਰਾ ਗਿਆ ਨਾਲ ਦੇ ਬੱਚੇ ਸੁਣ ਕੇ ਵੀ ਸਾਰੇ ਸੁੰਨ ਹੋ ਗਏ ਬਾਅਦ ਵਿੱਚ ਕਹਿੰਦੇ ਜਦੋਂ ਸਾਨੂੰ ਹੋਸ਼ ਆਇਆ ਤੇ ਸਾਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਕਿਸੇ ਗੁਪਤ ਸ਼ਕਤੀ ਨੇ ਸਾਡੀ ਰਸਨਾ ਦੇ ਉੱਤੇ ਬੈਠ ਕੇ ਹਨਾ ਇਹ ਕਾਸ਼ੀ ਨੂੰ ਇਹ ਜਿਹੜਾ ਸੀ ਸੰਦੇਸ਼ ਜਿਹੜਾ ਪਹਿਲਾਂ ਪਹੁੰਚਾਤਾ ਕਿ ਤੇਰੀ ਛੇਤੀ ਮੌਤ ਹੋ ਜਾਊਗੀ ਉਹ ਤੋਂ ਬਾਅਦ ਕਹਿੰਦੇ ਵੀ ਮੈਂ ਵੀ ਬੜਾ ਪਛਤਾਇਆ ਜੋਗਨਾਂ ਜੀ ਕਹਿਣ ਲੱਗੇ ਕਿ ਇਹੋ ਜੇ ਗੱਲ ਸਾਰੇ ਬੱਚਿਆਂ ਵਿੱਚ ਨਿਕਲ ਗਈ ਹੈ ਤੇ ਗੱਲ ਜਿਹੜੀ ਹੈ ਸਾਰੀ ਫੈਲ ਗਈ ਹੈ ਹੁਣ ਕੀ ਕੀਤਾ ਜਾਵੇ ਕਿਉਂਕਿ ਹੁਣ ਤੀਰ ਚੱਲ ਝੁਕਾ ਸਗਾ ਇਸ ਕਰਕੇ ਜਿਹੜੀ ਸੀ ਕਹਿੰਦੇ ਫਿਰ ਹਣ ਇਹਦੇ ਬਾਰੇ ਹੁਣ ਕੀਤਾ ਕੁਝ ਨਹੀਂ ਸੀ ਜਾ ਸਕਦਾ ਪਰ ਹਾਂ ਕਹਿੰਦੇ ਉਸ ਤੋਂ ਬਾਅਦ ਮੇਰੇ ਮਨ ਦੇ ਵਿੱਚ ਇੱਕ ਤਰਤੀਬ ਆਈ ਕਿ ਜਦ ਤੱਕ ਇਹ ਬੱਚਾ ਰਾਂਚੀ ਸਕੂਲ ਵਿੱਚ ਤੇਰੇ ਸਕੂਲ ਦੇ ਅੰਦਰ ਰਹੇਗਾ ਇਸ ਦਾ ਕੋਈ ਬਾੜ ਬੰਗਾਨੇ ਕਰ ਸਕਦਾ ਇਸੇ ਕਰਕੇ ਕਹਿੰਦੇ ਫਿਰ ਅਸੀਂ ਹਨ ਔਕਾਸੀ ਨਾਂ ਦੇ ਬੱਚੇ ਨੂੰ ਕਹਤਾ ਕਿ ਦੇਖ ਤੈ ਕਦੀ ਵੀ ਹਨ ਇਸ ਸਕੂਲ ਦੇ ਵਿੱਚੋਂ ਬਾਹਰ ਨਹੀਂ ਜਾਣਾ ਕੋਈ ਵੀ ਆਵੇ ਕਿੰਨਾ ਵੀ ਤੈਨੂੰ ਜੋਰ ਦੇਵੇ ਤਾਂ ਇਸ ਸਕੂਲ ਦੇ ਵਿੱਚੋਂ ਬਾਹਰ ਕਦਮ ਨਹੀਂ ਰੱਖਣਾ ਕਹਿੰਦੇ ਇਹ ਅਸੀਂ ਉਸ ਜਿਹੜਾ ਕਾਸ਼ੀਨਾ ਦਾ ਬੱਚਾ ਸੀ ਉਹਨੂੰ ਪੱਕੀ ਹਿਦਾਇਤ ਕਰ ਦਿੱਤੀ ਉਸ ਤੋਂ ਬਾਅਦ ਕਹਿੰਦੇ ਕੁਝ ਟਾਈਮ ਤੱਕ ਇਸ ਤਰ੍ਹਾਂ ਨਿਕਲ ਗਿਆ ਪਰ ਜਦ ਗਰਮੀ ਦੀਆਂ ਛੁੱਟੀਆਂ ਆਈਆਂ ਤੇ ਜੋਗਾਨੰਦ ਜੀ ਕਹਿਣ ਲੱਗੇ ਕਿ ਅਸੀਂ ਹਨਾ ਬਾਹਰ ਕਿਸੇ ਪ੍ਰੋਗਰਾਮ ਤੇ ਚਲੇ ਗਏ ਉਸ ਤੋਂ ਬਾਅਦ ਕਾਸ਼ੀ ਦੇ ਜਿਹੜੇ ਸੀਗੇ ਪਿਤਾ ਕਹਿੰਦੇ ਉਸ ਰਾਜੀ ਸਕੂਲ ਦੇ ਵਿੱਚ ਪਹੁੰਚੇ ਆ ਉਹਨਾਂ ਨੇ ਆਪਣੇ ਬੱਚੇ ਨੂੰ ਜਿਹੜਾ ਸੀ ਕਲਕੱਤੇ ਆਪਣੀ ਮਾਂ ਦੇ ਪਾਸ ਲੈ ਜਾਣ ਵਾਸਤੇ ਜਿਹੜੀ ਸੀ ਬੜੀ ਕੋਸ਼ਿਸ਼ ਕੀਤੀ ਪ੍ਰਕਾਸ਼ੀ ਨੇ ਇਹ ਕਹਿੰਦੇ ਹਦਾਇਤ ਦੀ ਪਾਲਣਾ ਕਰਦੇ ਹੋਏ ਆਪਣੇ ਪਿਤਾ ਨੂੰ ਸਾਫ਼ ਤੌਰ ਤੇ ਇਨਕਾਰ ਕਰਤਾ ਕਿ ਮੈਂ ਸਕੂਲ ਦੀ ਜਿਹੜੀ ਚਾਰ ਦੀਵਾਰੀ ਦੇ ਵਿੱਚੋਂ ਬਾਹਰ ਨਹੀਂ ਜਾਣਾ ਹੈਗਾ ਕਹਿੰਦੇ ਬਹੁਤ ਜਿਹੇ ਦੇਣ ਦੇ ਉੱਤੇ ਉਹਦੇ ਪਿਤਾ ਜੀ 15 ਦਿਨ ਜਿਹੜੇ ਸੀ ਇਸ ਗੱਲ ਦਾ ਜ਼ੋਰ ਫੜ ਕੇ ਆਪਣੇ ਬੱਚੇ ਦਿਵਾਲੀ ਬੈਠੇ ਰਹੇ ਕਿ ਤੈਨੂੰ ਮੈਂ ਕਲਕੱਤੇ ਲੈ ਕੇ ਹੀ ਜਾਣਾ ਹੈਗਾ ਤੇ ਤੈਨੂੰ ਤੇਰੀ ਮਾਂ ਦੇ ਪਾਸ ਪਹੁੰਚਾਉਣਾ ਹੈਗਾ ਕਹਿੰਦੇ ਇਸ ਜੱਦੋਜਹਿਦ ਦੇ ਵਿੱਚ ਜਦ ਕਹਿੰਦੇ ਉਹਦੇ ਪਿਤਾ ਜੀ ਨੇ ਦੇਖਿਆ ਕਿ ਕਾਸ਼ੀ ਜਿਹੜਾ ਹੈਗਾ ਉਹ ਬਿਲਕੁਲ ਮੇਰੀ ਗੱਲ ਨੂੰ ਜੜੀ ਮੰਨ ਨਹੀਂ ਰਿਹਾ ਹੈ ਫਿਰ ਕਹਿੰਦੇ ਉਹਦੇ ਪਿਤਾ ਨੇ ਕਾਸ਼ੀ ਨੂੰ ਇਹ ਡਰਾਵਾ ਦਿੱਤਾ ਕਿ ਅਗਰ ਤੂੰ ਨਹੀਂ ਜਾਊਗਾ ਤੇ ਤੈਨੂੰ ਮੈਂ ਪੁਲਿਸ ਦੀ ਸਹਾਇਤਾ ਦੇ ਨਾਲ ਕਲਕੱਤੇ ਲੈ ਕੇ ਜਾਊਂਗਾ। ਜਦ ਕਹਿੰਦੇ ਉਹਨੇ ਫੋਰਸ ਦਾ ਜਿਹੜਾ ਆਪਣੇ ਬੱਚੇ ਨੂੰ ਡਰਾਵਾ ਦਿੱਤਾ ਤੇ ਬੱਚਾ ਜਿਹੜਾ ਕਾਸ਼ੀ ਸੀਗਾ ਇਹ ਸੁਣ ਕੇ ਚੁੱਪ ਕਰ ਗਿਆ ਮਨਚੇ ਸੋਚਿਆ ਕਿ ਅਗਰ ਪੁਲਿਸ ਇਹ ਸਕੂਲ ਦੇ ਵਿੱਚ ਰਾਂਚੀ ਸਕੂਲ 'ਚ ਆਊਗੀ ਤੇ ਸਕੂਲ ਦੀ ਬਦਨਾਮੀ ਹੋ ਸਕਦੀ ਆ। ਇਸ ਕਰਕੇ ਕਹਿੰਦੇ ਉਹਦਾ ਬੱਚਾ ਸੀਗਾ ਕਾਸ਼ੀ ਉਹ ਮਜਬੂਰੀ ਕਰਕੇ ਆਪਣੇ ਪਿਤਾ ਜੀ ਦੇ ਨਾਲ ਹਨ ਕਲਕੱਤੇ ਚਲਾ ਗਿਆ। ਜਦ ਕਲਕੱਤੇ ਗਿਆ ਤੇ ਜਿਹੜੀ ਗੱਲ પરમાન હંસ જુગનાનજી ਨੇ ਦੱਸੀ ਸੀ બસ ਉਹ ਘਟ ਗਈ। ਉਹਦੇ ਵਿੱਚ ਕੀ ਹੋਇਆ ਕਿ ਉਹ ਬੱਚੇ ਦੀ ਜਾ ਕੇ ਹਨਾ ਕਲਕੱਤੇ ਦੇ ਵਿੱਚ ਜਿਹੜੀ ਸੀ ਉਹ ਮੌਤ ਹੋ ਗਈ। ਜਦ ਬੱਚੇ ਦੀ ਮੌਤ ਹੋਈ ਤਾਂ ਇਸ ਗੱਲ ਦਾ ਜਿਹੜਾ ਪਤਾ ਸਿਕਾ ਇਹਨਾਂ ਦੇ ਪਿਤਾ ਜੀ ਨੂੰ ਲੱਗ ਗਿਆ ਹੈਗਾ ਕਿ ਮੇਰੇ ਬੱਚੇ ਨੇ ਬਹੁਤ ਜ਼ਿਆਦਾ ਜਿਹੜਾ ਸਿਕਾ ਉਹ ਨਾ ਕੀਤੀ ਸੀ ਕਿ ਮੈਂ ਸਕੂਲ ਛੱਡ ਕੇ ਨਹੀਂ ਜਾਣਾ ਪਰ ਮੇਰੀ ਬੁੱਧੀ 'ਚ ਪਤਾ ਨਹੀਂ ਕੀ ਪੜਦਾ ਪੈ ਗਿਆ ਸਿਕਾ ਤੇ ਮੈਂ ਆਪਣੇ ਬੱਚੇ ਨੂੰ ਕਲਕੱਤੇ ਲਿਆ ਆ ਸਿਕਾ। ਇਸ ਗੱਲ ਤੋਂ ਉਹਦੇ ਪਿਤਾ ਜੀ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਸਿਕਾ। ਇਹ ਇਧਰੋਂ ਪਰਮਹੰਸ ਜੋਗਨਾਂ ਜੀ ਕਹਿੰਦੇ ਜਦੋਂ ਅਸੀਂ ਰਾਂਚੀ ਸਕੂਲ ਪਹੁੰਚੇ ਸਾਨੂੰ ਪਤਾ ਲੱਗਾ ਕਿ ਉਹ ਜਿਹੜਾ ਕਾਸ਼ੀ ਹੈਗਾ ਉਹਦਾ ਪਿਤਾ ਉਹਨੇ ਜ਼ਬਰੀ ਜਿਹੜਾ ਸੀ ਕੋਲਕੱਤਾ ਲੈ ਗਿਆ ਬਸ ਕਹਿੰਦੇ ਸਾਡੇ ਮਨ ਦੇ ਵਿੱਚ ਵੀ ਖਦਸ਼ਾ ਪੈਦਾ ਹੋ ਗਿਆ ਵੀ ਉਹ ਘਟਨਾ ਜਿਹੜੀ ਹੁਣ ਹੋ ਕੇ ਰਹੂਗੀ ਉਸੇ ਟਾਈਮ ਕਹਿੰਦੇ ਅਸੀਂ ਹਨਾ ਗੱਡੀ ਫੜ ਕੇ ਜਿਹੜੇ ਸੀ ਕੋਲਕੱਤਾ ਪਹੁੰਚੇ ਆ ਉੱਥੋਂ ਇੱਕ ਤੰਗਾ ਕਰਾਇ ਤੇ ਲਿਆ ਜਦ ਕਹਿੰਦੇ ਹਾਵੜਾ ਬ੍ਰਿਜ ਪਾਰ ਕਰਨ ਲੱਗੇ ਤੇ ਉਧਰ ਉਹ ਜਿਹੜਾ ਸੀ ਉਹ ਕਾਸ਼ੀ ਦਾ ਪਿਤਾ ਤੇ ਕੁਝ ਹੋਰ ਰਿਸ਼ਤੇਦਾਰ ਜਿਹੜੇ ਸੀਗੇ ਉਹ ਕਾਸ਼ੀ ਨੂੰ ਜਿਹੜਾ ਸੀਗਾ ਉਹਦਾ ਅੰਤਮ ਕਰਿਆ ਕਰਕੇ ਜਿਹੜੇ ਸੀਗੇ ਉੱਥੇ ਇਕੱਠੇ ਹੋਏ ਹੋ ਸੀਗੇ ਕਿ ਤੇ ਫਿਰ ਪਰਮਹੰਸ ਜੋਗਨਾਂ ਜੀ ਕਹਿੰਦੇ ਕਹਿੰਦੇ ਮੈਂ ਇਹਦੇ ਪਿਤਾ ਨੂੰ ਜਾਂਦਾ ਜਿਹੜਾ ਸੀਗਾ ਬੜੇ ਕਰੋਧ ਗੁੱਸੇ 'ਚ ਬੋਲਿਆ ਕਿ ਤੂੰ ਮੇਰੇ ਕਾਸ਼ੀ ਨੂੰ ਮਾਰ ਦਿੱਤਾ ਹੈਗਾ ਕਰੋ ਦਾ ਪਿਤਾ ਜੀ ਨੂੰ ਸਗਲ ਦਾ ਸਾਹਸ ਹੋ ਗਿਆ ਸਗਾ ਕਿ ਮੈਂ ਆਪਣੇ ਬੱਚੇ ਨੂੰ ਜਿਹੜਾ ਸੀ ਉਹ ਜਵਰੀ ਲੈ ਕੇ ਆਇਆ ਹੈਗਾ ਜਿਸ ਕਰਕੇ ਘਟਨਾ ਵਾਪਰ ਗਈ ਪਰ ਮਨ ਵਿੱਚ ਕਹਿੰਦੇ ਉਹ ਬੜਾ ਦਾਸ ਸੀਗਾ ਪਰ ਮੂੰਹੋਂ ਕੁਝ ਨਹੀਂ ਬੋਲ ਸਕਿਆ ਉਸ ਤੋਂ ਬਾਅਦ ਕਹਿੰਦੇ ਉਹਦੇ ਪਿਤਾ ਜੀ ਨੇ ਜਦ ਥੋੜੇ ਦਿਨ ਕਲਕੱਤੇ ਦੇ ਵਿੱਚ ਰਹਿ ਕੇ ਕੋਈ ਜਰੀਲੀ ਚੀਜ਼ ਖਾ ਕੇ ਜਿਹੜੀ ਸੀ ਆਪਣੀ ਆਤਮ ਹੱਤਿਆ ਕਰ ਲਈ ਸੀ ਪਰ ਕਹਿੰਦੇ ਉਹ ਜਿਹੜਾ ਕਾਛੀੜਾ ਬੱਚਾ ਜਦੋਂ ਕਹਿੰਦੇ ਅਸੀਂ ਉਹਨੂੰ ਕਹਿ ਤਾ ਸੀਗਾ ਕਿ ਉਸ ਪਿਕਨਿਕ ਦੇ ਦੌਰਾਨ ਕਿ ਤੂੰ ਛੇਤੀ ਮਰ ਜਾਏਂਗਾ ਤੇ ਫਿਰ ਕਹਿੰਦੇ ਉਹ ਬੱਚੇ ਨੇ ਮੈਨੂੰ ਵਾਰ-ਵਾਰ ਜਿਹੜਾ ਸੀਗਾ ਇਹ ਪੁੱਛਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਮੇਰੇ ਮਨ ਤੋਂ ਬਾਅਦ ਕੀ ਤੁਸੀਂ ਮੈਨੂੰ ਲੱਭ ਕੇ ਮੁੜ ਕੇ ਜਿਹੜਾ ਸੀਗਾ ਆਪਣਾ ਜੋ ਯੋਗ ਕਿਰਿਆ ਹੈਗੀ ਆ ਇਹਦੀ ਧਿਕਸ਼ਾ ਦਵੋਗੇ ਕਹਿੰਦੇ ਪਹਿਲਾਂ ਤਾਂ ਮੈਂ ਟਾਲ ਟਾਲਮਟੋਲ ਕਰਦਾ ਰਿਹਾ ਪਰ ਉਹਦੇ ਜਾਦਾ ਖੜੇ ਪੈਣ ਤੇ ਕਹਿੰਦੇ ਅਸੀਂ ਕਾਸ਼ੀ ਨੂੰ ਜਿਹੜਾ ਸੀਗਾ ਇਹ ਗੱਲ ਕਹਿਤੀ ਸੀਗੀ ਕਿ ਅਸੀਂ ਤੈਨੂੰ ਬਚਨ ਦਿੰਦੇ ਹਾਂ ਅਗਰ ਪਰਮਾਤਮਾ ਨੇ ਮੇਰੀ ਸਹਾਇਤਾ ਕੀਤੀ ਤਾਂ ਮੈਂ ਤੇਰੀ ਖੋਜ ਕਰਕੇ ਹਨਾ ਤੈਨੂੰ ਲੱਭ ਕੇ ਤੇ ਤੈਨੂੰ ਦੁਬਾਰਾ ਜਿਹੜਾ ਹਨਾ ਗੁਰੂ ਦੀਕਸ਼ਾ ਜ਼ਰੂਰ ਦਵਾਂਗਾ ਕਹਿੰਦੇ ਅਸੀਂ ਉਹਦੇ ਨੂੰ ਇਹ ਗੱਲ ਕਹਿਤੀ ਸੀ ਜਿਹਦੇ ਕਰਕੇ ਕਾਸ਼ੀ ਚੁੱਪ ਕਰ ਗਿਆ ਸੀਗਾ ਤੇ ਖੁਸ਼ ਹੋ ਗਿਆ ਸੀ ਪਰ ਬਾਅਦ ਦੇ ਵਿੱਚ ਉਹਦੇ ਪਿਤਾ ਜਿਹੜੇ ਸੀਗੇ ਉਹਨੂੰ ਜਬਰੀ ਜਿਹੜੇ ਸੀਗੇ ਵਾਪਸ ਕੋਲਕਾਤਾ ਲਾਇਆ ਸੀ ਜਿੱਥੇ ਉਹਦੀ ਮੌਤ ਹੋ ਗਈ ਸੀ ਕਹਿੰਦੇ ਇਹ ਜਿਹੜੀ ਬਚਨ ਦੀ ਜੋ ਘਟਨਾ ਅਸੀਂ ਉਸ ਬੱਚੇ ਦੇ ਨਾਲ ਕਰ ਲਈ ਸੀਗੀ ਉਹ ਕਹਿੰਦੇ ਜਿਹੜੀ ਘਟਨਾ ਸੀ ਜੋ ਬਚਨ ਦਾ ਜੋ ਵੀ ਕਹਿੰਦੇ ਅਸੀਂ ਉਹਦੇ ਨਾਲ ਇਕਰਾਰ ਕੀਤਾ ਸੀ ਕਾਲ ਕੀਤਾ ਸੀਗਾ ਕਹਿੰਦੇ ਉਹ ਸਾਨੂੰ ਬਾਰ-ਬਾਰ ਯਾਦ ਆਵੇ ਤੇ ਸਾਨੂੰ ਕਹਿੰਦੇ ਸਤਾਵੇ ਫਿਰ ਜਦੋਂ ਵੀ ਅਸੀਂ ਰਾਤ ਨੂੰ ਸੋਚੀਏ ਮਨ 'ਚ ਸੋਚੀਏ ਵੀ ਕਾਛੀ ਦੀ ਜਿਹੜੀ ਆਤਮਾ ਹੈਗੀ ਆ ਉਹ ਕਰੋੜਾਂ ਆਤਮਾ ਦੇ ਨਾਲ ਇਸ ਬ੍ਰਹਿਮੰਡ ਦੇ ਵਿੱਚ ਜਿਹੜੀ ਹੈ ਕਿਸੇ ਨਾ ਕਿਸੇ ਪ੍ਰਕਾਸ਼ ਪ੍ਰਤੀਬਿੰਦ ਦੇ ਰੂਪ ਦੇ ਵਿੱਚ ਜਿਹੜੀ ਉਹ ਵਿਚਰ ਰਹੀ ਆ ਪਰ ਕਹਿੰਦੇ ਹੁਣ ਮੈਨੂੰ ਸਮਝ ਨਾ ਆਵੇ ਕਿ ਹੁਣ ਕਰੀਏ ਤੇ ਕੀ ਨਾ ਕਰੀਏ ਤਾਂ ਫਿਰ ਪਰਮਹੰਸ ਜੋਗਨਾਂ ਜੀ ਕਹਿੰਦੇ ਕਹਿੰਦੇ ਮੈਂ ਜਿਹੜੀਆਂ ਸੀ ਗੀਆਂ ਉਹ ਪਰਮਾਤਮਾ ਦੇ ਅੱਗੇ ਰਜੋਈਆਂ ਕਰਨੀਆਂ ਸ਼ੁਰੂ ਕੀਤੀਆਂ ਤੇ ਨਾਲ ਹੀ ਜਿਹੜੀ ਜੋਗਾਤਿਕ ਨੇਕ ਸੀਗੀ ਕਹਿੰਦੇ ਉਹ ਦੀ ਜਿਹੜੀ ਹਨ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਮੈਂ ਮਨ ਦੇ ਵਿੱਚ ਜਿਹੜੇ ਸੀ ਕਈ ਵਾਰੀ ਜਿਹੜੀਆਂ ਸੀ ਉਹ ਕਾਸ਼ੀ ਨੂੰ ਮਿੰਨ ਦੀਆਂ ਪਿਆਰ ਭਰੀਆਂ ਤਰੰਗਾਂ ਲਿਆ ਲੈ ਕੇ ਕਹਿੰਦੇ ਉਹਨੂੰ ਸਨੇਹ ਦੇਣੇ ਸ਼ੁਰੂ ਕੀਤੇ ਕਿ ਕਿਸੇ ਨਾ ਕਿਸੇ ਤਰ੍ਹਾਂ ਮੇਰਾ ਜਿਹੜਾ ਹਨ ਕੋਈ ਵੀ ਪਿਆਰ ਦਾ ਸਨੇਹਾ ਹੈਗਾ ਕਾਸ਼ੀ ਦੀ ਰੂਹ ਜੇਸੇ ਵੀ ਜਗ੍ਹਾ ਤੇ ਹੈਗੀ ਆ ਉਸ ਸਨੇਹ ਨੂੰ ਮੈਂ ਜਿਹੜਾ ਸੀਗਾ ਉਸ ਨੂੰ ਸਵੀਕਾਰ ਕਰੇ ਤਾਂ ਮੈਨੂੰ ਉਸ ਸੁਨੇਹੇ ਦਾ ਉੱਤਰ ਜਿਹੜਾ ਨਾ ਪ੍ਰੇਮ ਦੇ ਵਿੱਚ ਦਵੇ ਪਰ ਕਹਿੰਦੇ ਵਿੱਚ ਇੱਕ ਵਾਰੀ ਜੋ ਹੀ ਜਿਹੜੀ ਸੀ ਜਦੋਂ ਮੈਂ ਕਾਸ਼ੀ ਨੂੰ ਪਿਆਰ ਪ੍ਰੇਮ ਦਾ ਸਨੇਹਾ ਜਿਹੜਾ ਸੀਗਾ ਜੋ ਕਰਿਆ ਰਹੀ ਦਿੱਤਾ ਤਾਂ ਕਹਿੰਦੇ ਉਧਰੋਂ ਜਿਹੜੀ ਹੈ ਨਾ ਕਾਸ਼ੀ ਦੀ ਆਤਮਾ ਦੀ ਜਿਹੜੀ ਤਾਰ ਸੀਗੀ ਉਹ ਮੇਰੇ ਨਾਲ ਜੁੜ ਗਈ ਤੇ ਮੇਰੇ ਜਿਹੜੇ ਮਨ ਨੂੰ ਮੇਰੇ ਦਿਲ ਨੂੰ ਜਿਹੜਾ ਸੀਗਾ ਇਨਾ ਤਰਵਾਸ ਹੋਇਆ ਤੇ ਮੈਨੂੰ ਇਹ ਦੇ ਵਿੱਚ ਇਨੀ ਖੁਸ਼ੀ ਮਹਿਸੂਸ ਹੋਈ ਕਿ ਮੈਨੂੰ ਪਤਾ ਲੱਗਿਆ ਕਿ ਮੇਰਾ ਜਿਹੜਾ ਹੈ ਨਾ ਕਾਸ਼ੀ ਦੇ ਨਾਲ ਹੈਗਾ ਉਹ ਹੁਣ ਕੰਟੈਕਟ ਹੋ ਗਿਆ ਹੈਗਾ ਹੁਣ ਉਹਦੇ ਨਾਲ ਮੇਰਾ ਨਾਤਾ ਜੁੜ ਗਿਆ ਹੈਗਾ ਉਸ ਰੂਹ ਦੇ ਨਾਲ ਬਸ ਉਸ ਤੋਂ ਬਾਅਦ ਕਹਿੰਦੇ ਫੇਰ ਗੱਲ ਕੀ ਸੀ ਜਦੋਂ ਕਹਿੰਦੇ ਇਹ ਕਟਨਾ ਜਿਹੜਾ ਮੇਰੇ ਨਾਲ ਵਾਪਰੀ ਸੀ ਉਸ ਤੋਂ ਬਾਅਦ ਫਿਰ ਮੈਨੂੰ ਪਤਾ ਲੱਗਿਆ ਕਿ ਹੁਣ ਮੈਨੂੰ ਕਾਸ਼ੀ ਦੀ ਤਲਾਸ਼ ਕਰਨੀ ਚਾਹੀਦੀ ਹੈ ਕਿਉਂਕਿ ਮੇਰੇ ਮਨ ਅੰਤਰ ਕਰਨ ਦੇ ਵਿੱਚ ਇਹ ਗੱਲ ਪੱਕੀ ਬੈਠ ਗਈ ਸੀ ਕਿ ਕਾਸ਼ੀ ਦਾ ਦੁਬਾਰਾ ਜਨਮ ਜਿਹੜਾ ਹੈਗਾ ਇਸ ਲੋਕ ਦੇ ਵਿੱਚ ਜ਼ਰੂਰ ਹੋਇਆ ਹੈ ਉਹਦਾ ਜਿਹੜਾ ਹੈ ਨਾ ਗਰਭਪ੍ਰੂਣ ਹੈਗਾ ਜ਼ਰੂਰ ਇਸ ਲੋਕ ਦੇ ਵਿੱਚ ਆ ਕੇ ਪ੍ਰਗਟ ਹੋ ਗਿਆ ਹੈ ਉਸ ਤੋਂ ਬਾਅਦ ਫਿਰ ਪਰਮਹੰਸ ਜੋਗਨੰਦ ਜੀ ਕਹਿਣ ਲੱਗੇ ਕਿ ਅਸੀਂ ਆਪਣੀ ਯੋਗ ਤਕਨੀਕ ਦੇ ਨਾਲ ਆਪਣੀਆਂ ਬਾਹਾਂ ਉੱਪਰ ਨੂੰ ਕਰਕੇ ਜਿਹੜੇ ਸੀ ਗੋਲ ਧਾਰੇ ਬਣਾ ਬਣਾ ਕੇ ਘੁੰਮਦਾ ਰਹਿਣਾ ਤੇ ਇਹ ਬਾਹਾਂ ਉੱਪਰ ਨੂੰ ਤਾਂ ਕਰਨੀਆਂ ਤਾਂ ਜੋ ਏਰੀਅਲ ਜਿਹੜਾ ਸਿਗਨਲ ਹੈਗੇ ਉਸ ਏਰੀਅਲ ਦੇ ਸਿਗਨਲ ਦੇ ਕਰਕੇ ਹਨਾ ਸਾਨੂੰ ਇਹ ਪਤਾ ਲੱਗ ਸਕੇ ਕਿ ਕਾਸ਼ੀ ਦੀ ਜਿਹੜੀ ਆਤਮਾ ਹੈਗੀ ਆ ਉਸ ਕੇਸ ਘਰ ਦੇ ਵਿੱਚ ਜਨਮ ਲੈ ਰਹੀ ਆ ਇਸ ਤਰ੍ਹਾਂ ਕਹਿੰਦੇ ਅਸੀਂ ਇਹ ਜਿਹੜੀ ਕਿਰਿਆ ਸੀਗੇ ਬੜੇ ਉਤਸ਼ਾਹ ਦੇ ਨਾਲ ਬਾਹਾਂ ਉੱਚੀਆਂ ਕਰਕੇ ਗੋਲ ਧਾਰਾ ਬਣਾ ਕੇ ਉਹਦੇ ਵਿੱਚ ਘੁੰਮਦੇ ਰਹਿਣਾ ਥਾਂ-ਥਾਂ ਤੇ ਜਾ ਕੇ ਤੇ ਕਾਸ਼ੀ ਦਾ ਪਤਾ ਕਰਦੇ ਰਹਿਣਾ ਵੀ ਉਹਦਾ ਜਿਹੜਾ ਜਨਮ ਹੈਗਾ ਜਾਂ ਉਹ ਕਿਸ ਗਰਭ ਦੇ ਵਿੱਚ ਨਿਵਾਸ ਕਰ ਰਿਹਾ ਹੈਗਾ ਇਸ ਤਰ੍ਹਾਂ ਕਹਿੰਦੇ ਕਰਦੇ-ਕਰਦੇ 6 ਮਹੀਨੇ ਹੋ ਗਏ 6 ਹਫ਼ਤਾ ਮਹੀਨਿਆਂ ਬਾਅਦ ਕਹਿੰਦੇ ਜਦੋਂ ਫਿਰ ਅਸੀਂ ਕਲਕੱਤੇ ਐ ਕਲਕੱਤੇ ਆ ਗਏ ਕਹਿੰਦੇ ਮੈਂ ਇਸ ਤਰ੍ਹਾਂ ਵਹਾਂ ਜਿਹੜੀਆਂ ਉੱਚੀਆਂ ਕਰਕੇ ਜਿਹੜਾ ਸੀ ਉਹ ਜਾ ਰਿਹਾ ਸੀਗਾ ਤੇ ਕਾਸ਼ੀ ਦੇ ਤਲਾਸ਼ ਵਿੱਚ ਘੁੰਮ ਰਿਹਾ ਸੀ ਤੇ ਇੱਕ ਜਗ੍ਹਾ ਕਿੰਨੇ ਮੰਗੋਲਦਾਰਾ ਬਣਾ ਕੇ ਜਦ ਚੱਕਰ ਕੱਟਿਆ ਬਹੁਤ سارے ਜਿਹੜੇ ਕਲਕੱਤੇ ਦੇ ਲੋਕੀ ਸੀਗੇ ਉਹ ਮੈਨੂੰ ਇਸ ਤਰ੍ਹਾਂ ਦੇਖਦੇ ਜਿਹੜੇ ਸੀ ਉਹ ਹੱਸਦੇ ਜਾਂ ਮੁਸਕਰਾਉਂਦੇ ਚਲੇ ਗਏ ਕਿ ਇਹ ਜਿਹੜਾ ਪਰਮਹੰਸ ਇੱਕ ਸੰਨਿਆਸੀ ਹੈਗਾ ਇਹ ਕੋਹੋ ਜਿਹੀ ਹਰਕਤ ਕਰ ਰਿਹਾ ਹੈਗਾ ਪਰ ਇਸ ਤਰ੍ਹਾਂ ਕਹਿੰਦੇ ਕਰਦੇ ਕਰਦੇ ਇੱਕ ਜਗ੍ਹਾ ਮੈਂ ਗੋਲ ਦਾ ਰਾਜਾ ਬਣਾਇਆ ਤੇ ਉਹਦੇ ਵਿੱਚ ਬੜਾ ਜਿਹੜਾ ਸਗਾ ਇੱਕ ਬਹੁਤ ਵੱਡਾ ਅਚੰਬਾ ਹੋਇਆ ਉਹ ਚੰਬਾਏ ਸਗਾ ਕਿ ਜਦੋਂ ਮੈਂ ਗੋਲ ਧਾਰੇ ਦੇ ਵਿੱਚ ਜਿਹੜਾ ਬਾਹਾਂ ਉੱਚੀਆਂ ਕਰਕੇ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ ਤੇ ਇੱਕ ਜਗ੍ਹਾ ਜਾ ਕੇ ਜਿਵੇਂ ਬਿਜਲੀ ਦੀਆਂ ਤਰੰਗਾਂ ਹੁੰਦੀਆਂ ਇਹਨਾਂ ਬਿਜਲੀ ਦੀਆਂ ਤਰੰਗਾਂ ਦੀਆਂ ਚਰਨਾਟਾਂ ਜਿਹੜੀਆਂ ਮੇਰੀਆਂ ਉਂਗਲੀਆਂ ਤੇ ਮੇਰੀਆਂ ਹਥੇਲੀਆਂ ਦੇ ਵਿੱਚ ਜਿਹੜੀਆਂ ਸਿੱਗੀਆਂ ਫਿਰਨ ਲੱਗ ਪਈਆਂ ਜਦੋਂ ਕਹਿੰਦੇ ਬਿਜਲੀ ਦੀਆਂ ਚਰਨਾਟਾਂ ਮੇਰੀਆਂ ਉਂਗਲੀਆਂ ਤੇ ਹਥੇਲੀਆਂ 'ਚ ਫਿਰਨ ਲੱਗ ਪਈਆਂ ਤੇ ਮੈਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਵੇ ਕਾਸ਼ੀ ਦੀ ਜਿਹੜੀ ਆਤਮਾ ਹੈਗੀ ਕਿਤੇ ਦੂਰ ਨਹੀਂ ਹੈ ਇਸੇ ਕਲਕੱਤੇ ਦੇ ਵਿੱਚ ਹੈ ਨਾ ਕਿਸੇ ਨਾ ਕਿਸੇ ਜਗ੍ਹਾ ਦੇ ਵਿੱਚ ਜਿਹੜੀ ਹੈ ਉਹ ਜਨਮ ਵਾਸਤੇ ਪੂਰੀ ਤਿਆਰ ਹੋ ਰਹੀ ਹੈ ਤੇ ਕਿੰ데 ਫਿਰ ਮੇਰੀ ਖੁਸ਼ੀ ਦੀ ਹੱਦ ਨਹੀਂ ਰਹੀ ਪਰਮਹਾਂਸ ਜੀ ਕਹਿਣ ਲੱਗੇ ਕਿੰਦੇ ਮੈਂ ਇਸੇ ਤਕਨੀਕ ਨੂੰ ਜਿਹੜਾ ਹੈ ਨਾ ਵਾਰ-ਵਾਰ ਵਾਰ-ਵਾਰ ਗੋਲ ਧਾਰਾ ਕਰ ਕਰਕੇ ਜਦ ਕਿੰਦੇ ਮੈਂ ਜਿਹੜੇ ਸੀਗੇ ਇਹ ਸਿਗਨਲ ਵਾਰ-ਵਾਰ ਲੈਣੇ ਚਾਹੇ ਤੇ ਇਹਦੇ ਵਿੱਚ ਮੈਂ ਮਹਿਸੂਸ ਕੀਤਾ ਕਿ ਜਦੋਂ ਮੈਂ ਬਾਕੀ ਦਿਸ਼ਾਂ ਵੱਲ ਜਾਂਦਾ ਸੀਗਾ ਤੇ ਉਹ ਜਿਹੜੀਆਂ ਬਿਜਲੀ ਦੀਆਂ ਤਰੰਗਾਂ ਮੇਰੀਆਂ ਉਂਗਲੀਆਂ ਤੇ ਹਥੇਲੀਆਂ ਦੇ ਵਿੱਚ ਪ੍ਰਗਟ ਹੁੰਦੀਆਂ ਸੀਗੀਆਂ ਦੂਸਰੀਆਂ ਦਿਸ਼ਾਂ ਵਿੱਚ ਜਾ ਕੇ ਉਹ ਜਿਹੜੀਆਂ ਸੀ ਬਿਲਕੁਲ ਲੋਪ ਹੋ ਜਾਂਦੀਆਂ ਸੀ ਲੇਕਿਨ ਇੱਕ ਦਿਸ਼ਾ ਦੇ ਵੱਲ ਜਿਹੜੀਆਂ ਸੀਗੀਆਂ ਉਹ ਉਂਗਲੀ ਦੇ ਵਿੱਚ ਤੇ ਹਥੇਲੀ ਵਿੱਚ ਉਹ ਤਰੰਗਾਂ ਜਿਹੜੀਆਂ ਪ੍ਰਗਟ ਹੋ ਜਾਂਦੀਆਂ ਸੀ ਕਹਿੰਦੇ ਹੁਣ ਕੋਲਕਾਤਾ ਵਿੱਚ ਗਲੀਆਂ ਬੜੀਆਂ ਹੈਗੀਆਂ ਤੇ ਜਿਸ ਜਗ੍ਹਾ ਇਹ ਤਰੰਗਾ ਮੇਰੀਆਂ ਥੇਲੀ ਤੇ ਉਂਗਲੀਆਂ 'ਚ ਪ੍ਰਗਟ ਹੋ ਗਿਆ ਮੈਂ ਉਸ ਪਾਸੇ ਨੇ ਤੁਰ ਪਿਆ ਜਿਉਂ-ਜਿਉਂ ਤੁਰਿਆ ਕਹਿੰਦੇ ਉਹ ਤਰੰਗਾ ਜਿਹੜੀਆਂ ਸੀਗੀਆਂ ਤੇਜ਼ ਹੁੰਦੀਆਂ ਗਈਆਂ ਕਰਦਾ 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 ਕਹਿੰਦੇ ਮੈਂ ਜਿਹੜਾ ਸੀ ਗਲੀ ਤੋਂ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜਾਂਦਾ ਲਗਿਆ ਇਦਾਂ ਪੀੜੀਆਂ ਗਲੀਆਂ ਵਿੱਚ ਹੁੰਦਾ ਹੋਇਆ ਇੱਕ ਮਕਾਨ ਦੇ ਕੋਲ ਪਹੁੰਚਿਆ ਜਦ ਪਹੁੰਚਿਆ ਤੇ ਉੱਥੇ ਮੇਰੇ ਜਿਹੜੇ ਪੈਰ ਸੀ ਮੇਰਾ ਸਰੀਰ ਜਿਹੜਾ ਸੀਗਾ ਹਨ ਕਹਿੰਦੇ ਯੱਕਦਮ ਜਿਹੜਾ ਸੀਗਾ ਉਹ ਆਪਣੇ ਆਪ ਰੁਕ ਗਿਆ ਜਦ ਰੁਕ ਗਿਆ ਉਹਦੀ ਹਰਕਤ ਬੰਦ ਹੋ ਗਈ یوں ਪ੍ਰਤੀਤ ਹੋਇਆ ਜਿਵੇਂ ਕਿਸੇ ਬਿਜਲੀ ਚੁੰਮਕ ਦੀ ਤਾਕਤ ਨੇ ਹਨਾ ਮੇਰੇ ਸਰੀਰ ਨੂੰ ਜਿਹੜਾ ਸੀਗਾ ਉਹ ਧਰਤੀ ਦੇ ਨਾਲ ਜੋੜ ਦਿੱਤਾ ਹੁੰਦਾ ਹੈ ਪਰ ਕਹਿੰਦੇ ਮੈਂ ਆਪਣੇ ਹੱਥਾਂ ਦੀ ਹਰਕਤ ਮਹਿਸੂਸ ਕੀਤੀ ਕਿ ਉੱਥੇ ਜਿਹੜੇ ਮੇਰੀ ਮਨ ਦੀਆਂ ਤਰੰਗਾਂ ਜਿਹੜੀਆਂ ਸੀਗੀਆਂ ਮੇਰੀਆਂ ਥੇਲੀਆਂਾਂ ਦੇ ਵਿੱਚ ਤੇ ਮੇਰੀਆਂ ਉਂਗਲੀਆਂ ਦੇ ਵਿੱਚ ਉਹ ਇੰਨੀਆਂ ਜਿਹਾ ਤੀਬਰ ਹੋ ਗਈਆਂ ਸੀਗੀਆਂ ਤੇ ਮੈਨੂੰ ਪਤਾ ਲੱਗਾ ਵੀ ਕਾਸ਼ ਇੱਥੇ ਲੱਗ ਗਏ ਛੱਗੇ ਆ ਪਰ ਜਿਸ ਜਗ੍ਹਾ ਜਾ ਕੇ ਮੇਰੇ ਪੈਰ ਜਿਹੜੇ ਉਹ ਸੀ ਉਹ ਰੁਕ ਗਏ ਸੀ ਮੈਂ ਕੀ ਦੇਖਿਆ ਸਾਹਮਣੇ ਇੱਕ ਦਰਵਾਜ਼ਾ ਹੈਗਾ ਕਿੰਨੇ ਮੇਰੇ ਮਨ ਦੇ ਵਿੱਚ ਇਹ ਆਵਾਜ਼ ਆਈ ਕਿ ਇੱਕ ਕਾਛੀ ਦੀ ਜਿਹੜਾ ਰੂਹ ਆਤਮਾ ਹੈ ਨੇ ਇਸੇ ਘਰ ਦੇ ਵਿੱਚ ਜਿਹੜੀ ਹੈਗੀ ਉਹ ਗਰਭ ਦੇ ਵਿੱਚ ਉਹ ਜਨਮ ਲੈਣ ਵਾਸਤੇ ਤਿਆਰ ਖੜੀ ਆ ਤਾਂ ਫਿਰ ਪਰਮਹਸ ਜੋਗਨਾਂ ਜੀ ਕਹਿੰਦੇ ਕਹਿੰਦੇ ਅਸੀਂ ਉਸ ਘਰ ਦਾ ਦਰਵਾਜ਼ਾ ਖੜਕਾਇਆ ਜਦੋਂ ਕਿਨੇ ਦਰਵਾਜ਼ਾ ਖੜਕਾਇਆ ਇੱਕ ਨੌਕਰਾਨੀ ਬਾਹਰ ਨਿਕਲੀ ਕਹਿੰਦੇ ਉਹ ਸਾਨੂੰ ਦੇਖ ਕੇ ਬੜੀ ਜਿਹੜੀ ਸੀ ਹੈਰਾਨ ਹੋਈ ਕਿਉਂਕਿ ਅਸੀਂ ਗੇਰੂ ਰੰਗ ਦੇ ਕੱਪੜੇ ਪਾਏ ਹੋਏ ਸੀ ਤੇ ਕਹਿੰਦੇ ਅਸੀਂ ਉਸ ਨੂੰ ਕਹਿਤਾ ਕਿ ਇਸ ਘਰ ਦਾ ਮਾਲਕ ਦੇ ਨਾਲ ਅਸੀਂ ਮਿਲਣਾ ਚਾਹੁੰਦੇ ਹਾਂ ਕਹਿੰਦੇ ਨੌਕਰਾਂણી ਅੰਦਰ ਗਈ ਤਾਂ ਘਰ ਦਾ ਮਾਲਕ ਜਿਹੜਾ ਸੀਗਾ ਉਹ ਉੱਪਰਲੀ ਫਲੋਰ ਦੇ ਵਿੱਚ ਜਿਹੜਾ ਸੀਗਾ ਬੈਠਾ ਸੀਗਾ ਉਹ ਪੌੜੀਆਂ ਥਾਣੀ ਉਤਰ ਗਿਆ ਜਦ ਕਹਿੰਦੇ ਮੇਰੇ پاس ਆਇਆ ਤੇ ਮੈਨੂੰ ਕਹਿੰਦੇ ਜਿਹੜਾ ਸੀ ਗੇਰੂ ਰੰਗ ਦੇ ਕੱਪੜੇ ਪਾ ਕੇ ਤੇ ਸੰਨਿਆਸੀ ਦਾ ਰੂਪ ਦੇ ਕੇ ਜਿਹੜਾ ਸੀਗਾ ਬੜਾ ਉਹ ਚਕਰਤ ਹੋਇਆ ਤੇ ਨਾਲ ਹੀ ਉਹ ਮੈਨੂੰ ਪੁੱਛਣ ਲੱਗਾ ਕਿ ਦੱਸੋ ਤੁਸੀਂ ਕਿਵੇਂ ਮੈਨੂੰ ਯਾਦ ਕੀਤਾ ਕਹਿੰਦੇ ਮੈਂ ਪਰਮਸ ਜੋਗਨਾਂ ਜੀ ਕਹਿਣ ਲੱਗੇ ਕਿ ਮੈਂ ਉਸ ਜਿਹੜਾ ਘਰ ਦਾ ਮਾਲਕ ਸੀਗਾ ਉਹਨੂੰ ਇਹ ਗੱਲ ਕਹਿਤੀ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਢਾਡੀ ਜਿਹੜੀ ਘਰ ਵਾਲੀ ਹੈਗੀ ਉਹ 6 ਮਹੀਨੇ ਦੇ ਵਿੱਚ 6 ਮਹੀਨਿਆਂ ਤੋਂ ਗਰਭवती ਹੈ ਕੀ ਤੁਹਾਨੂੰ ਕਿਸੇ ਬੱਚੇ ਦੀ ਆਸ ਹੈਗੀ ਆ ਕਹਿੰਦੇ ਜਦੋਂ ਇਹਨਾਂ ਗੱਲ ਹੋਈ ਤਾਂ ਮਾਲਕ ਹੋਰ ਵੀ ਬੜਾ ਹੈਰਾਨ ਹੋ ਗਿਆ ਤੇ ਉਹ ਕਹਿੰਦੇ ਮੇਰੇ ਅੱਦੇ ਦੇਖੇ ਕਹਿਣ ਲੱਗਾ ਕਹਿੰਦੇ ਇਸ ਗੁਪਤ ਗੱਲ ਦੇ ਪਿੱਛੇ ਦਾ ਤੁਹਾਨੂੰ ਕਿਵੇਂ ਪਤਾ ਹੈਗਾ ਕਿ ਮੇਰੇ ਘਰ ਵਾਲੀ ਦੇ ਬੱਚਾ ਹੋਣ ਵਾਲਾ ਹੈਗਾ ਕਹਿੰਦੇ ਫਿਰ ਅਸੀਂ ਉਹਨੂੰ ਜਿਹੜੀ ਏਹੜੀ ਕਾਸ਼ੀ ਦੀ ਸਾਰੀ ਘਟਨਾ ਸੀ ਉਹ ਦੱਸ ਦਿੱਤੀ ਸੀ ਕਿ ਮੇਰਾ ਇੱਕ ਸਕੂਲ ਦਾ ਵਿਦਿਆਰਥੀ ਹੈਗਾ ਤੇ ਉਹ ਨੂੰ ਮੈਂ ਯਾਨੀ ਕਿ ਇਸ ਗੱਲ ਦਾ ਵਚਨ ਦਿੱਤਾ ਹੈਗਾ ਕਿ ਜੇ ਐਸੇ ਘਰ ਦੇ ਵਿੱਚ ਤੂੰ ਜਨਮ ਲਵਾਂਗਾ ਮੈਂ ਤੈਨੂੰ ਲੱਭ ਕੇ ਤੈਨੂੰ ਦੁਆਰਾ ਹਨਾ ਇਹ ਜਿਹੜੀ ਯੋਗ ਦੀ ਕਿਰਿਆ ਦੀ ਸਿੱਖਿਆ ਹੈਗੀ ਹੈ ਇਹ ਜਰੂਰ ਦਵਾਂਗਾ ਤੇ ਕਹਿੰਦੇ ਅੱਜ ਮੈਂ ਉਹ ਘਰ ਲੱਭ ਲਿਆ ਹੈਗਾ ਤੇ ਇਹ ਘਰ ਯਾਨੀ ਉਹ ਹੀ ਆ ਜਿਹਦੇ ਵਿੱਚ ਮੇਰੇ ਕਾਛੀ ਦਾ ਜਿਹੜਾ ਬੱਚਾ ਹੈਗਾ ਸਕੂਲ ਦਾ ਉਹ ਢਾਡੀ ਘਰ ਵਾਲੀ ਦੇ ਗਰਭ ਦੇ ਵਿੱਚ ਜਨਮ ਲੈ ਰਿਹਾ ਹੈਗਾ ਬਸ ਫੇਰ ਕੀ ਸੀ ਕਹਿੰਦੇ ਉਹ ਘਰ ਦਾ ਮਾਲਕ ਬੜਾ ਹੈਰਾਨ ਹੋਇਆ ਉਹਨੇ ਮੈਨੂੰ ਬੜੇ ਪਿਆਰ ਤੇ ਅਦਬ ਦੇ ਨਾਲ ਬਿਠਾ ਲਿਆ ਫਿਰ ਕਹਿੰਦੇ ਮੈਂ ਉਸ ਬੱਚੇ ਦੀ ਹਨਾ ਨਿਸ਼ਾਨੀਆਂ ਦੱਸ ਦਿਤੀਆਂ ਸੀਗੀਆਂ ਕਹਿੰਦੇ ਮੈਂ ਉਹਨੂੰ ਕਹਿ ਸਕਾਂ ਇਹ ਜਿਹੜਾ ਬੱਚਾ ਹੈਗਾ ਇਹ ਦਾ ਜਿਹੜਾ ਹਨਾ ਰੰਗ ਹੈਗਾ ਇਹ ਗੋਰਾ ਹੋਊਗਾ ਉਸ ਤੋਂ ਬਾਅਦ ਇਹਦੇ ਹਨਾ ਕੰਗਰਾਲੇ ਜਿਹੜੇ ਵਾਲ ਹੋਣਗੇ ਉਸ ਤੋਂ ਬਾਅਦ ਇਹਦਾ ਮੱਥਾ ਚੌੜਾ ਹੋਊਗਾ ਇਸ ਤਰ੍ਹਾਂ ਕਹਿੰਦੇ ਮੈਂ ਨਿਸ਼ਾਨੀਆਂ ਦੱਸੀਆਂ ਕਹਿੰਦੇ ਉਹਨਾਂ ਸ਼ੰਨੀਆਂ ਸੁਣ ਕੇ ਫਿਰ ਜਿਹੜੇ ਸੀ ਚੁੱਪ ਕਰ ਗਏ ਕਿਉਂਕਿ ਕਹਿੰਦੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਸਾਡੇ ਘਰ ਦੇ ਵਿੱਚ ਲੜਕਾ ਹੀ ਹੋਊਗਾ ਤੇ ਲੜਕੀ ਦੀਆਂ ਨਿਸ਼ਾਨੀਆਂ ਇਹ ਹੈ ਤੇ ਲੜਕਾ ਦਾ ਜਿਹੜਾ ਪਿਛਲਾ ਜਨਮ ਹੈਗਾ ਉਹ ਕਾਸ਼ੀ ਨਾਂ ਦਾ ਵਿਦਿਆਰਥੀ ਹੈਗਾ ਤੇ ਉਹਦੇ ਸਾਡੇ ਘਰ ਜਨਮ ਹੋਊਗਾ ਬੱਸ ਕਹਿੰਦੇ ਉਸ ਤੋਂ ਬਾਅਦ ਜਦ ਕਹਿੰਦੇ ਉਹ ਲੜਕਾ ਜਿਹੜਾ ਸੀ ਉਸ ਘਰ ਦੇ ਵਿੱਚ ਹੋਇਆ ਸੀਗਾ ਜਦੋਂ ਅਸੀਂ ਲੱਭਿਆ ਸੀਗਾ ਉਹ ਕਹਿੰਦਾ ਲੜਕਾ ਜਿਹੜਾ ਸੀਗਾ ਹੌਲੀ-ਹੌਲੀ ਜਿਹੜਾ ਸੀਗਾ ਬਿਲਕੁਲ ਉਹਦੀ ਜਿਹੜੀ ਰੰਗ ਸ਼ਕਲ ਜੋ ਵੀ ਕੁਝ ਹੈ ਨਾ ਪੂਰਾ ਕਾਸ਼ੀ ਵਿਦਿਆਰਥੀ ਜਦੋਂ 12 ਸਾਲ ਦਾ ਸੀਗਾ ਉਹਦੇ ਉਸ ਤੋਂ ਬਾਅਦ ਫਿਰ ਪਰਮ ਹਸ ਜੋਗਨਾਂ ਜੀ ਕਹਿੰਦੇ ਆ ਕਿ ਜਦੋਂ ਅਸੀਂ ਅਮਰੀਕਾ ਗਏ ਜਿੱਥੇ ਹਜ਼ਾਰਾਂ ਜਿਹੜੇ ਹਨਾ ਉੱਥੇ ਦੇ ਸਾਇੰਟਿਸਟ ਸੀਗੇ ਜਮ ਵੱਡੇ ਵੱਡੇ ਲੋਕੀ ਸੀਗੇ ਉਹਨਾਂ ਦੇ ਨਾਲ ਅਸੀਂ ਜੋ ਕਰਿਆ ਦੀਆਂ ਜਿਹੜੀਆਂ ਗੱਲਾਂ ਸੀਗੀਆਂ ਵਿਸ਼ੇਸ਼ਤਾਈਆਂ ਸੀ ਸਾਂਝੀਆਂ ਕੀਤੀਆਂ ਸੀਗੀਆਂ ਉਸ ਤੋਂ ਬਾਅਦ ਈਸੀ ਬੱਚੇ ਨੇ ਜਿਹਦਾ ਨਾਂ ਜਿਹੜਾ ਸੀ ਉਹਦੇ ਘਰ ਦੇ ਨੇ ਕਾਸ਼ੇ ਰੱਖਿਆ ਸੀਗਾ ਮੈਨੂੰ ਇੱਕ ਅਮਰੀਕਾ ਦੇ ਵਿੱਚ ਚਿੱਠੀ ਪੱਤਰ ਲਿਖਿਆ ਉਹਦੇ ਵਿੱਚ ਉਹਨੇ ਇਹ ਲਿਖਿਆ ਕਿ ਮੈਂ ਹੈ ਨਾ ਤੁਹਾਡੇ ਕੋ ਜਿਹੜੀ ਯੋਗ ਦੀ ਕਿਰਿਆ ਹੈਗੀ ਆ ਇਹ ਹਾਸਲ ਕਰਨਾ ਚਾਹੁੰਦਾ ਹੈਗਾ ਤੁਸੀਂ ਮੈਨੂੰ ਯੋਗ ਦੀ ਜਿਹੜੀ ਧਿਕਸ਼ਾ ਦਿਓ ਕਹਿੰਦੇ ਇਹ ਇਸ ਘਟਨਾ ਤੋਂ ਬਾਅਦ ਫੇ ਮੈਂ ਉਸੇ ਜਿਹੜਾ ਪੁਨਰਜਨਮ ਵਾਲਾ ਬੱਚਾ ਕਾਛੀ ਸੀਗਾ ਉਹਨੂੰ ਇੱਕ ਹਿਮਾਲਿਆ ਕਿਸੇ ਮਹਾਨ ਯੋਗੀ ਦੇ ਪਾਸ ਤੇ ਜਾਣੀ ਕਿ ਜਾਣ ਵਾਸਤੇ ਕਹਿਤਾ ਸੀਗਾ ਜਦੋਂ ਕਹਿੰਦੇ ਉਹ ਬੱਚਾ ਜਿਹੜਾ ਸੀਗਾ ਉਹ ਹਿਮਾਲਿਆ ਵਿੱਚ ਇੱਕ ਮਹਾਨ ਯੋਗੀ ਦੇ ਕੋਲ ਪਹੁੰਚਾ ਸੀਗਾ ਤੇ ਉਸ ਯੋਗੀ ਨੇ ਫਿਰ ਇਸ ਨੂੰ ਆਪਣਾ ਜਿਹੜਾ ਸ਼ਿਸ਼ ਸਬਕਾਰ ਕਰ ਲਿਆ ਸੀ ਸੋ ਕਹਿਣ ਤੋਂ ਭਾਵੇਂ ਇਹ ਹੈਗਾ ਕਿ ਜੋ ਕਰਿਆ ਦੇ ਵਿੱਚ ਹਰੇਕ ਚੀਜ਼ ਸੰਭਵ ਹੈਗੀਏ ਇਹ ਗੱਲ ਜਿਹੜੀ ਹੈਗੇ ਪਰਮਹੰਸ ਜੋਗਾਨੰਦ ਜੀ ਦਾ ਆਪਣਾ ਜਿਹੜਾ ਜਾਤਿਤ ਤਜਰਬਾ ਹੈਗਾ ਉਹ ਇਹ ਗੱਲ ਦੱਸਦਾ ਹੈਗਾ ਸੋ ਕਹਿਣ ਤੋਂ ਭਾਵੇਂ ਦਾ ਹੈਗਾ ਕਿ ਰੱਬ ਦੇ ਨਾਮ ਦੀ ਜਿਹੜੀ ਤਕਨੀਕ ਹੈ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਹੋਵੇ ਜਿਹੜੀ ਆਤਮਾ ਨੂੰ ਜਿਹੜੇ ਰੱਬ ਦੇ ਪ੍ਰੇਮ ਦੇ ਨਾਲ ਮਿਲਾ ਸਕੇ ਤੇ ਵਾਹਿਗੁਰੂ ਜਿਹੜਾ ਹੈਗਾ ਉਹ ਦੀ ਹਰ ਤਰ੍ਹਾਂ ਸਹਾਇਤਾ ਕਰਦਾ ਹੈਗਾ ਤੇ ਜਿਵੇਂ ਅਸੀਂ ਪਰਾਤਨਾ ਕਈਆਂ ਕਥਾਵਾਂ ਵਿੱਚ ਬੱਚਿਆਂ ਦੇ ਪੁਨਰ ਜਨਮ ਬਾਰੇ ਸੋਚਦੇ ਆਂ ਪਰ ਇੱਥੇ ਤਾਂ ਪੁਨਰ ਜਨਮ ਇੱਕ ਐਸਾ ਨਵੇਕਲਾ ਜਨਮ ਹੈਗਾ ਜਿਵੇਂ ਕਾਛੀ ਦਾ ਹੋਇਆ ਸੀਗਾ ਕਿ ਕਿਵੇਂ ਉਸ ਨੇ ਜਿਹੜੀ ਸੀ ਪਰਮਹੰਸ ਜੋਗਾ ਨੰਦ ਨੂੰ ਇਸ ਗੱਲ ਤੇ ਮਜਬੂਰ ਕਰ ਦਿੱਤਾ ਸੀਗਾ ਕਿ ਜਦੋਂ ਮੈਂ ਮਰ ਜਾਊਂਗਾ ਤੁਸੀਂ ਮਰਨ ਤੋਂ ਬਾਅਦ ਮੈਨੂੰ ਲੱਭ ਕੇ ਦੁਬਾਰਾ ਮੈਨੂੰ ਜੋ ਕਰਿਆ ਦੇਣੀ ਸੀ ਸੋ ਇਹ ਜਿਹੜਾ ਬਚਨ ਸੀਗਾ ਪਰਮਹੰਸ ਜੋਗਾ ਨੰਦ ਜੀ ਨੇ ਜਿਹੜੀ ਸੀ ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਿਭਾਇਆ ਸੀਗਾ ਤੇ ਉਹਨਾਂ ਨੇ ਇਸ ਤਕਨੀਕ ਦੇ ਨਾਲ ਉਸ ਬੱਚੇ ਦੀ ਖੋਜ ਕਰਕੇ ਜਿਹੜਾ ਸੀ ਦੁਬਾਰਾ ਉਹਨੂੰ ਜਿਹੜੀ ਸੀਗੀ ਉਹ ਯੋਗ ਵਿਦਿਆ ਦੀ ਕਿਰਿਆ ਜਿਹੜੀ ਸੀ ਉਹ ਦਿੱਤੀ ਸੀਗੀ ਸੋ ਦਾਸ ਇਨਹੀ ਵਚਨ ਕਰਦਾ ਹੋਇਆ ਖਿਮਾ ਦਾ ਜਾਚਕ ਹੈ ਜੀ ਹੋਇਆਂ ਬਿਆੰਤ ਭੋਲਾ ਚੁਕੰ ਦੀ ਖਿਮਾ ਬਖਸ਼ਨੀ ਸੋ ਫਤਹਿ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ